ਜ਼ਿਲ੍ਹਾ ਗੁਰਦਾਸਪੁਰ ਦੀ ਪੁਲਿਸ ਪ੍ਰਸ਼ਾਸਨ ਵੱਲੋਂ ਚਾਈਨਾ ਡੋਰ ਦੇ ਉੱਤੇ ਠੱਲ ਪਾਉਣ ਦੇ ਲਈ ਇੱਕ ਅਨੋਖੀ ਮੁਹਿੰਮ ਜਿਹੜੀ ਉਹ ਸਟਾਰਟ ਕੀਤੀ ਗਈ ਹੈ। ਮਾਣਯੋਗ SSP ਹਰੀਸ਼ ਦਿਆਮਾ ਜੀ ਦੇ ਹੁਕਮਾਂ ਅਨੁਸਾਰ ਡਰੋਨ ਦੇ ਰਾਹੀਂ ਚਾਈਨਾ ਡੋਰ ਦੇ ਉੱਤੇ ਪਤੰਗ ਉਡਾਉਣ ਵਾਲੇ ਉਹਨਾਂ ਨੌਜਵਾਨਾਂ ਉੱਤੇ ਨਜ਼ਰ ਰੱਖੀ ਜਾ ਰਹੀ ਹੈ ਅਤੇ ਕਿੱਥੋਂ ਇਹ ਚਾਈਨਾ ਡੋਰ ਜਿਹੜੀ ਸਪਲਾਈ ਕੀਤੀ ਜਾ ਰਹੀ ਹੈ ਉਸਦੇ ਸੋਰਸਿਸ ਜਿਹੜੇ ਆ ਉਹ ਪਤਾ ਲਗਾਏ ਜਾ ਰਹੇ ਹਨ। ਸੋ DSP ਸੁਖਪਾਲ ਸਿੰਘ ਜੀ, ਆਪ ਜਿਹੜਾ ਉਹ ਇਸ ਮੁਹਿੰਮ ਦੇ ਵਿੱਚ ਜਿਹੜਾ ਆ ਅੱਗੇ ਹੋ ਕੇ ਜਿਹੜਾ ਇਸ ਨੂੰ ਨਿਭਾ ਰਹੇ ਹਨ ਅਤੇ ਛਾਪਾਮਾਰੀਆਂ ਘਰਾਂ ਦੇ ਵਿੱਚ ਕਰ ਰਹੇ ਹਨ। ਤਸਵੀਰਾਂ ਤੁਸੀਂ ਦੇਖ ਪਾ ਰਹੇ ਹੋ ਸਾਡੇ ਚੈਨਲ ਦੇ ਮਾਧਿਅਮ ਰਾਹੀਂ ਕਿਸ ਤਰ੍ਹਾਂ ਇੱਕ ਨੌਜਵਾਨ ਨੂੰ ਜਿਹੜਾ ਆ ਚਾਈਨਾ ਡੋਰ ਦੇ ਉੱਤੇ ਪਤੰਗ ਉਡਾਉਂਦੇ ਹੋਏ ਇੱਕ ਗੱਟੂ ਸਮੇਤ ਜਿਹੜਾ ਆ ਉਹ ਹਿਰਾਸਤ ਦੇ ਵਿੱਚ ਇੱਥੇ ਲਿਆ ਗਿਆ ਆ। DSP ਸਾਹਿਬ ਨੇ ਖੁਦ ਜਾਣਕਾਰੀ ਦਿੱਤੀ ਹੈ ਕਿ ਇਹ ਜਿਹੜੀ ਮੁਹਿੰਮ ਜਿਹੜੀ ਹੈ SSP ਸਾਹਿਬ ਨੇ ਸਾਨੂੰ ਸਪੈਸ਼ਲ ਹੀ ਹਦਾਇਤਾਂ ਦਿੱਤੀਆਂ ਕਿ ਡਰੋਨ ਦੇ ਮਾਧਿਅਮ ਰਾਹੀਂ ਜਿਹੜਾ ਉਹ ਨਜ਼ਰ ਰੱਖੀ ਜਾਏ ਕਿ ਕਿਹੜੇ ਕਿਹੜੇ ਨੌਜਵਾਨ ਜਿਹੜੇ ਆ ਉਹ ਚਾਈਨਾ ਡੋਰ ਦੇ ਉੱਤੇ ਜਿਹੜੀ ਪਤੰਗਬਾਜ਼ੀ ਜਿਹੜੇ ਆ ਉਹ ਕਰ ਰਹੇ ਹਨ। ਸੋ ਕਿੱਥੋਂ ਜਿਹੜੀ ਹੈ ਚਾਈਨਾ ਡੋਰ ਖਰੀਦੀ ਜਾ ਰਹੀ ਹੈ ਇਸ ਦੇ ਬਾਰੇ ਵੀ ਨੌਜਵਾਨ ਕੋਲੋਂ ਜਾਣਕਾਰੀ ਲਈ ਜਾਏਗੀ। ਅਤੇ ਆਓ ਤੁਹਾਨੂੰ ਦਿਖਾ ਦੇਣਾ ਚਾਹੁੰਦੇ ਹਾਂ ਕਿ DSP ਸੁਖਪਾਲ ਸਿੰਘ ਜੀ ਨੇ ਇੱਕ ਜਾਣਕਾਰੀ ਦਿੱਤੀ ਹੈ ਕਿ ਇਹ ਮੁਹਿੰਮ ਜਿਹੜੀ ਹੈ ਇਸੇ ਤਰ੍ਹਾਂ ਹੀ ਹੁਣ ਲਗਾਤਾਰ ਜਿਹੜੀ ਹੈ ਉਹ ਚੱਲਦੀ ਰਹੇਗੀ। ਫਿਲਹਾਲ ਇਹ ਗੁਰਦਾਸਪੁਰ ਦੇ ਵਿੱਚ ਬਹਿਰਾਪੁਰ ਰੋਡ ਸਥਿਤ ਇੱਕ ਮੁਹੱਲੇ ਵਿੱਚੋਂ ਜਿਹੜਾ ਬਰਾਮਦਗੀ ਹੋਈ ਹੈ। ਇਸ ਡਰੋਨ ਦਾ ਸਕਸੈਸਫੁਲ ਓਪਰੇਸ਼ਨ ਜਿਹੜਾ ਆ ਉਹ ਮਾਣਯੋਗ SSP ਗੁਰਦਾਸਪੁਰ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਹੜਾ ਆ ਉਹ ਕੀਤਾ ਗਿਆ, ਜਿਸ ਵਿੱਚ ਇੱਕ ਨੌਜਵਾਨ ਗੱਟੂ ਦੇ ਉੱਤੇ ਪਤੰਗ ਉਡਾਉਂਦਾ ਹੋਇਆ ਪਾਇਆ ਗਿਆ ਅਤੇ ਕਿਤੇ ਨਾ ਕਿਤੇ ਲੋਕਾਂ ਨੂੰ ਅਵੇਅਰ ਵੀ DSP ਸਾਹਿਬ ਵੱਲੋਂ ਕੀਤਾ ਜਾ ਰਿਹਾ, ਉਹਨਾਂ ਦੇ ਪੇਰੈਂਟਸ ਨੂੰ ਅਵੇਅਰ ਕੀਤਾ ਜਾ ਰਿਹਾ। ਤਸਵੀਰਾਂ ਵਿੱਚ ਤੁਸੀਂ ਦੇਖ ਪਾ ਰਹੇ ਹੋ ਦੁਕਾਨਾਂ ਉੱਤੇ ਜਿਹੜੀ ਆ ਉਹ ਚੈਕਿੰਗ ਕੀਤੀ ਜਾ ਰਹੀ ਹੈ ਕਿ ਕਿਸੇ ਤਰ੍ਹਾਂ ਦੀ ਕੋਈ ਸਿੰਥੈਟਿਕ ਅਤੇ ਚਾਈਨਾ ਡੋਰ ਜਿਹੜੀ ਆ ਨਾ ਵੇਚ ਰਿਹਾ ਹੋਵੇ। ਸੋ ਤੁਸੀਂ ਤਸਵੀਰਾਂ ਵਿੱਚ ਦੇਖ ਪਾ ਰਹੇ ਹੋ DSP ਸਾਹਿਬ ਅਤੇ ਪੂਰੀ ਟੀਮ ਵੱਲੋਂ ਜਿਹੜਾ ਗੁਰਦਾਸਪੁਰ ਸਿਟੀ ਵਿੱਚ ਅੱਛੀ ਤਰ੍ਹਾਂ ਜਿਹੜਾ ਚਾਈਨਾ ਡੋਰ ਦੇ ਖਿਲਾਫ਼ ਜਿਹੜਾ ਵਰਕ ਕੀਤਾ ਜਾ ਰਿਹਾ। ਸੋ ਚੇਤਾਵਨੀ ਉਹਨਾਂ ਨੂੰ ਦੇ ਰਹੇ ਹਾਂ ਜੋ ਕਿ ਚਾਈਨਾ ਡੋਰ ਵੇਚ ਰਹੇ ਹਨ, ਬੇਖੌਫ ਚਾਈਨਾ ਡੋਰ ਵੇਚਣ ਵਾਲਿਆਂ ਨੂੰ ਵੀ ਅਸੀਂ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਚੇਤਾਵਨੀ ਦਿੰਦੇ ਹਾਂ ਕਿ ਇਹ ਜਿਹੜੀ ਖੂਨੀ ਡੋਰ ਹੈ ਇਸ ਨੂੰ ਵੇਚਣਾ ਬੰਦ ਕਰ ਦਿੱਤਾ ਜਾਵੇ, ਨਹੀਂ ਤਾਂ ਪ੍ਰਸ਼ਾਸਨ ਵੱਲੋਂ ਜਿਹੜਾ ਉਹ ਕੜੀ ਤੋਂ ਕੜੀ ਕਾਰਵਾਈ ਜਿਹੜੀ ਹੈ ਉਹ ਕੀਤੀ ਜਾਵੇਗੀ। ਸੋ ਆਓ ਹੋਰ ਵੀ ਜਾਣਕਾਰੀ ਲੈਂਦੇ ਹੋਏ DSP ਸਾਹਿਬ ਕੋਲੋਂ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਅੱਜ ਦਾ ਆਪਰੇਸ਼ਨ ਕਿਸ ਤਰ੍ਹਾਂ ਰਿਹਾ ਅਤੇ ਕਿਸ ਤਰ੍ਹਾਂ ਦੀਆਂ ਜਿਹੜੀਆਂ ਬਰਾਮਦਗੀਆਂ ਕੀਤੀਆਂ ਗਈਆਂ ਹਨ। ਸੋ ਕਿੰਨਾ ਸਫਲ ਇਸ ਡਰੋਨ ਆਪਰੇਸ਼ਨ ਨੂੰ ਜਿਹੜਾ ਉਹ ਮੰਨਿਆ ਜਾ ਰਿਹਾ, ਆਓ ਦੇਖਦੇ ਹਾਂ ਅੱਜ ਦੀ ਖਾਸ ਰਿਪੋਰਟ RT ਨਿਊਜ਼ ਦੇ ਨਾਲ। ਮਾਣਯੋਗ ਸ਼੍ਰੀ ਹਰੀਸ਼ ਦਿਆਮਾ ਜੀ, IPS SSP ਗੁਰਦਾਸਪੁਰ ਜੀ ਸਾਹਿਬ ਨੇ ਇੱਕ ਸਪੈਸ਼ਲ ਚਾਈਨਾ ਡੋਰ ਦੇ ਖਿਲਾਫ਼ ਆਪਰੇਸ਼ਨ ਜਿਹੜਾ ਡਰੋਨ ਦੇ ਥਰੋ ਸ਼ੁਰੂ ਕਰਵਾਇਆ ਸਾਡੇ ਕੋਲੋਂ, ਔਰ ਅਸੀਂ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਅਗਵਾਈ ਦੇ ਵਿੱਚ ਹੀ ਜਿਹੜਾ ਮੈਂ ਥਾਣਾ ਸਿਟੀ ਦੀ ਪੁਲਿਸ ਔਰ PCR ਨੂੰ ਲੈ ਕੇ ਅਤੇ ਆਪਣਾ ਡਰੋਨ ਲੈ ਕੇ ਜਿਹੜੀ ਅਸੀਂ ਅੱਜ ਪਹਿਲਾਂ ਹੀ ਬਹਿਰਾਮਪੁਰ ਰੋਡ 'ਤੇ ਆਪਰੇਸ਼ਨ ਸ਼ੁਰੂ ਕੀਤਾ ਸੀ। ਪਹਿਲੇ ਸਟੈਪ 'ਚ ਸਾਨੂੰ ਬੜੀ ਵੱਡੀ ਕਾਮਯਾਬੀ ਮਿਲ ਗਈ ਕਿ ਇੱਕ ਲੜਕਾ ਜਿਹੜਾ ਅਸੀਂ ਡਰੋਨ ਦੇ ਰਾਹੀਂ ਅਸੀਂ ਕਾਬੂ ਕਰ ਲਿਆ, ਔਰ ਜਿਹੜੀ ਚਾਈਨਾ ਡੋਰ ਦੀ ਉਹ ਵਰਤੋਂ ਕਰ ਰਿਹਾ ਸੀ ਉਹਦੇ ਇੱਕ ਹੱਥ 'ਚ 3 ਉਂਗਲਾਂ ਅਤੇ ਦੂਜੇ ਹੱਥ 'ਚ ਜਿਹੜੇ 2 ਉਂਗਲਾਂ ਜਿਹੜੀਆਂ ਉਹਦੇ ਨਾਲ ਕੱਟੀਆਂ ਹੋਈਆਂ ਅਤੇ ਬਲੱਡ ਵਗ ਰਿਹਾ ਸੀ। ਅਸੀਂ ਹੁਣ ਇਹਨੂੰ ਕਾਬੂ ਕਰਕੇ ਇਹਨੂੰ ਫਸਟ ਏਡ ਵੀ ਦੇਵਾਂਗੇ, ਔਰ ਅਸੀਂ ਇਹਦੇ ਖਿਲਾਫ਼ ਜਿਹੜਾ ਹੈਗਾ ਕੇਸ ਰਜਿਸਟਰਡ ਕਰਕੇ ਅਗਲੀ ਕਾਰਵਾਈ ਵੀ ਕਰਾਂਗੇ। ਕਿਸ ਤਰ੍ਹਾਂ ਦਾ ਜਿਹੜਾ ਕਾਨੂੰਨ ਬਣਾਇਆ ਗਿਆ ਵਾ ਜਾਂ ਕਿਸ ਤਰ੍ਹਾਂ ਦੀ ਸਜ਼ਾ ਹੋ ਸਕਦੀ ਹੈ, ਕਿੰਨਾ ਜੁਰਮਾਨਾ ਹੋ ਸਕਦਾ ਜੀ? ਪਹਿਲਾਂ ਤਾਂ ਇਹਦੇ 'ਚ ਬਹੁਤ ਛੋਟਾ ਜੁਰਮਾਨਾ ਸੀ, ਹੁਣ ਇਹਦੇ 'ਚ ਬਹੁਤ ਜ਼ਿਆਦਾ ਸਜ਼ਾ ਵੀ ਬਹੁਤ ਜ਼ਿਆਦਾ ਹੋ ਗਈ ਹੈ, ਔਰ ਇਹ 'ਚ ਜੁਰਮਾਨਾ ਵੀ ਬਹੁਤ ਹੈਵੀ ਹੋ ਗਿਆ। ਇਸ ਕਰਕੇ ਮੇਰੀ ਲੋਕਾਂ ਨੂੰ ਅਪੀਲ ਆ
ਵੀ ਹੁਣ ਅਸੀਂ ਇਕੱਲਾ ਦੁਕਾਨਦਾਰਾਂ ਦੇ ਦੁਆਲੇ ਨਹੀਂ ਹੋਣਾ, ਅਸੀਂ ਹੁਣ ਜਿਹੜੇ ਇਹਦੀ ਵਰਤੋਂ ਕਰ ਰਹੇ ਨੇ ਪਤੰਗਾਂ ਉਡਾਉਣ ਲਈ, ਉਹਨਾਂ ਦੀ ਵੀ ਅਸੀਂ ਖਿਲਾਫ਼ ਮੁਕੱਦਮੇ ਦਰਜ ਕਰਾਂਗੇ। ਕਿੰਨੇ ਦਿਨਾਂ ਤੱਕ ਇਹ ਚੱਲਦਾ ਰਹੇਗਾ ਜੀ? ਇਹ ਲਗਾਤਾਰ ਹੀ ਜੀ, ਹੁਣ ਲਗਾਤਾਰ ਹੀ ਚੱਲੇਗਾ ਜਿੰਨਾ ਚਿਰ ਗੁਰਦਾਸਪੁਰ 'ਚੋਂ ਖਤਮ ਨਹੀਂ ਹੁੰਦਾ। ਮੈਂ ਡੇਲੀ ਮੇਰੀ ਅਗਵਾਈ 'ਚ ਇਹ ਆਪਰੇਸ਼ਨ ਚੱਲੇਗਾ, ਔਰ ਅਸੀਂ ਤੁਹਾਡੇ ਪ੍ਰੈਸ ਰਿਪੋਰਟਰਾਂ ਚੈਨਲਾਂ ਦੇ ਥਰੂ ਇੱਕੋ ਹੀ ਲੋਕਾਂ ਨੂੰ ਅਪੀਲ ਕਰ ਰਹੇ ਹਾਂ ਔਰ ਵੀ ਤੁਸੀਂ ਇਹਨੂੰ ਕਿਸੇ ਤਰੀਕੇ ਵੀ ਜ਼ੀਰੋ ਲੈਵਲ 'ਤੇ ਕਰ ਦਿਉ, ਤਾਂ ਜੋ ਤੁਹਾਡਾ ਵੀ ਕੋਈ ਨੁਕਸਾਨ ਨਾ ਹੋਵੇ ਅਤੇ ਰਾਹਗੀਰ ਦਾ ਜਾਂ ਕਿਸੇ ਆਂਢੀ ਗੁਆਂਢੀ ਦਾ ਜਾਂ ਕਿਸੇ ਸ਼ਹਿਰ ਨਿਵਾਸੀ ਜਾਂ ਬੱਚੇ ਦਾ ਵੀ ਨੁਕਸਾਨ ਨਾ ਹੋਵੇ। ਇਸ ਨੌਜਵਾਨ ਨੂੰ ਕੀ ਗ੍ਰਿਫਤਾਰ ਬਰਾਮਦ ਕੀਤਾ ਗਿਆ ਵਾ ਅਤੇ ਕਿਸ ਤਰ੍ਹਾਂ ਦੀ ਕਾਰਵਾਈ? ਇਹਦੇ ਕੋਲੋਂ ਇੱਕ ਤਾਂ ਜਿਹੜੀ ਇਹ ਪਤੰਗ ਸੀ ਉਹਦੇ ਨਾਲ ਜਿਹੜੀ ਡੋਰ ਸੀ ਉਹ ਵੀ ਬਰਾਮਦ ਹੋ ਗਈ ਹੈ ਜੀ, ਇੱਕ ਗੱਟੂ ਸੀ ਉਹ ਵੀ ਜਿਹੜਾ ਉਹ ਵੀ ਬਰਾਮਦ ਹੋ ਗਿਆ। ਹੁਣ ਅਸੀਂ ਇਹਦੇ ਕੋਲ ਜਾਵਾਂਗੇ ਜੀ, ਇਹਨੇ ਲਈ ਕਿਹਦੇ ਕੋ ਆ, ਉਹਦੇ ਖਿਲਾਫ਼ ਵੀ ਨਾਲ ਹੀ ਐਕਸ਼ਨ ਲਵਾਂਗੇ। ਅੱਜ ਅਸੀਂ ਕਾਫ਼ੀ ਸਫਲਤਾ ਮਿਲ ਰਹੀ ਸਾਨੂੰ, ਇਹਦੋਂ ਪਹਿਲਾਂ ਅਸੀਂ ਜਿਹੜਾ ਹੈਗਾ ਥਾਣਾ ਤਿੱਬੜ 'ਚ ਵੀ ਇੱਕ ਜਿਹੜਾ ਇਸੇ ਤਰੀਕੇ ਨਾਲ ਹੀ ਰਿਕਵਰ ਕੀਤਾ ਆ, ਉਹਦੇ ਕੋਲ ਵੀ ਸਾਨੂੰ 14 ਜਿਹੜੇ ਗੱਟੂ ਜਿਹੜੇ ਆ ਚਾਈਨਾ ਡੋਰ ਦੇ ਮਿਲੇ ਆ। ਔਰ ਆਸ ਆ ਅਸੀਂ ਲੋਕਾਂ ਨੂੰ ਇੱਕ ਅਪੀਲ ਕਰਾਂਗੇ ਵੀ ਜਿੱਥੇ ਵੀ ਚਾਈਨਾ ਡੋਰ ਦੀ ਕੋਈ ਵਰਤੋਂ ਕਰ ਰਿਹਾ ਉਹ ਸਾਨੂੰ ਉਹਦੀ ਵੀ ਗੁਪਤ ਸੂਚਨਾ ਰੱਖੀ ਜਾਏਗੀ, ਉਹ ਸਾਨੂੰ ਇਨਫੋਰਮੇਸ਼ਨ ਦੇਣ ਤਾਂ ਜੋ ਇਸ ਬੁਰਾਈ ਨੂੰ ਆਪਾਂ ਸ਼ਹਿਰ 'ਚੋਂ ਖਤਮ ਕਰ ਦਈਏ ਜੀ।